ਫਰੀਦਕੋਟ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਆਇਆ ਹੈ ਸਾਹਮਣੇ। ਫਰੀਦਕੋਟ ਦੇ ਹੀ ਰਹਿਣ ਵਾਲੇ 15 ਸਾਲਾ ਲੜਕੇ ਵੱਲੋਂ ਆਪਣੇ ਹੀ ਮੁਹੱਲੇ ਦੇ 7 ਸਾਲ ਦੇ ਬੱਚੇ ਦੇ ਨਾਲ ਕੁਕਰਮ ਕਰਨ ਦਾ ਮਾਮਲਾ ਆਇਆ ਹੈ ਸਾਹਮਣੇ। ਪੀੜਤ ਬੱਚੇ ਦੀ ਮਾਂ ਅਨੁਸਾਰ ਇੱਕ ਲੜਕਾ ਉਸਦੇ ਪੁੱਤਰ ਨੂੰ ਬਰਗਲਾ ਕੇ ਕਿਸੇ ਇਕਾਂਤ ਥਾਂ 'ਤੇ ਲੈ ਗਿਆ ਅਤੇ ਉਸ ਦੇ ਨਾਲ ਬਦਫੈਲੀ ਕੀਤੀ ਗਈ ਅਤੇ ਉਸਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਪੁਲਿਸ ਨੇ ਲੜਕੇ ਦੀ ਮਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਮੁਕੱਦਮਾ ਦਰਜ ਕਰਕੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਫਰੀਦਕੋਟ ਤੋਂ ਗੁਰਜੀਤ ਸਿੰਘ ਰਮਾਣਾ, ਅਜ਼ਾਦ ਟੀਵੀ ਨਿਊਜ਼। ਇੱਕ ਨਾ ਰਵਿੰਦਰ ਸਿੰਘ ਨਾਂ ਦਾ ਬੱਚਾ, ਉਮਰ ਕਰੀਬ 7 ਸਾਲ, ਜਿਹਨੂੰ ਇੱਕ ਉਹਦੇ ਹੀ ਮੁਹੱਲੇ ਦੇ ਰਹਿਣ ਵਾਲਾ ਗੁਰਸੇਵਕ ਸਿੰਘ, ਉਮਰ ਕਰੀਬ 15-16 ਸਾਲ ਦੇ ਕਰੀਬ ਉਮਰ ਹੈਗੀ, ਉਹ ਜਿਹੜਾ ਖੇਡਦੇ ਖੁੱਡਦੇ ਤੋਂ ਕਦੇ ਸ਼ਰਾਰਤ ਵੀ ਦਿਮਾਗ ਨਾਲ ਪਾਸੇ ਲੈ ਗਿਆ, ਜਿੱਥੇ ਉਹਨੇ ਜਾਕਰ ਦੇ ਨਾਲ ਜਿਹੜਾ ਕੁਕਰਮ ਕੀਤਾ ਗਾ, ਜਿਹਦੇ ਜਿਹੜਾ ਰਵਿੰਦਰ ਦੀ ਮਾਤਾ ਦੇ ਬਿਆਨ 'ਤੇ 377 IPC ਦੇ ਅਧੀਨ ਪਰਚਾ ਦਰਜ ਕਰਕੇ ਜਿਹੜੀ ਇਹਦੀ ਤਫਤੀਸ਼ ਕੀਤੀ ਜਾ ਰਹੀ ਆ ਅਤੇ ਮੁਲਜ਼ਮ ਜਿਹੜਾ ਗ੍ਰਿਫਤਾਰ ਕਰ ਲਿਆ ਗਾ। ਉਹਦੀ ਪੁੱਛਗਿੱਛ ਦੌਰਾਨ ਦੇਖਦੇ ਕੀ ਉਹ ਗੱਲਾਂ ਸਾਹਮਣੇ ਆਉਂਦੀਆਂ, ਉਹਦੇ ਮੁਤਾਬਕ ਬੰਦੀ ਕਾਨੂੰਨ ਕਾਰਵਾਈ ਅਮਲ 'ਚ ਲੈਂਦੀ ਹੈ।